ਹੀ ਮੇਡ ਮਦਰ। ਰੱਬ ਨੇ ਮਾਂ ਤਾਂ ਬਣਾਈ ਸੀ ਕਿ ਉਹ ਆਪ ਹਰ ਘਰ 'ਚ ਨਹੀਂ ਸੀ ਹੋ ਸਕਦਾ, ਉਹਨੇ ਹਰ ਘਰ ਨੂੰ ਇੱਕ ਮਾਂ ਦੇ ਦਿੱਤੀ ਕਿ ਮੇਰੀ ਥਾਂ 'ਤੇ ਘਰ ਦੇ ਵਿੱਚ ਇਹ ਔਰਤ ਹੋਏਗੀ। ਸੋ ਮਾਂ ਦਾ ਦਰਜਾ ਮੈਂ ਆਪਣੀ ਜ਼ਿੰਦਗੀ 'ਚ ਇੰਨਾ ਸਮਝਿਆ ਕਿ ਮੈਂ ਆਪਣੇ ਪੂਰੇ ਐਜ਼ ਏ ਕਲਾਕਾਰ ਆਪਣੇ ਕਰੀਅਰ ਦੇ ਵਿੱਚ ਮੈਂ ਦੱਸ ਕੇ ਅੱਜ ਇਸ ਗੱਲ ਦੀ ਆਪਣੀ ਆਪਣਾ ਮਾਣ ਮਹਿਸੂਸ ਕਰ ਰਿਹਾ ਕਿ ਮੈਂ ਜੋ ਵੀ ਸਟੇਜ ਨੂੰ ਸੁਣਾਉਂਦਾ ਸੀ, ਜੋ ਵੀ ਮੇਰੀਆਂ ਕੈਸਟਸ ਦੇ ਵਿੱਚ ਆਉਂਦਾ ਸੀ ਆਡੀਓ ਵੀਡੀਓ ਕੈਸਟਾਂ 'ਚ, ਉਹ ਮੈਂ ਲਿਖ ਕੇ ਸਭ ਤੋਂ ਪਹਿਲਾਂ ਆਪਣੀ ਮਾਂ ਨੂੰ ਸੁਣਾਉਂਦਾ ਸੀ ਕਿ ਮੰਮੀ ਠੀਕ ਹੈ। ਉਹਦਾ ਇੱਕ ਕਾਰਨ ਹੁੰਦਾ ਸੀ ਕਿ ਜੋ ਚੀਜ਼ ਮੈਂ ਆਪਣੀ ਮਾਂ ਨਾਲ ਸ਼ੇਅਰ ਕਰ ਸਕਦਾ, ਜੋ ਆਪਣੀ ਮਾਂ ਨੂੰ ਸੁਣਾ ਸਕਦਾ, ਉਹੀ ਕਿਸੇ ਦੀ ਮਾਂ ਨੂੰ ਨਹੀਂ ਸੁਣਾ ਸਕਦਾ। ਜਿਹੜੀ ਚੀਜ਼ ਮੈਨੂੰ ਆਪਣੀ ਮਾਂ ਤੋਂ ਲੁਕਾਉਣੀ ਪਵੇ ਉਹ ਮੈਨੂੰ ਬਾਹਰ ਵੀ ਸੁਣਾਉਣ ਦਾ ਹੱਕ ਨਹੀਂ ਕਿਸੇ ਦਾ। ਸੋ ਮੇਰੀ ਜ਼ਿੰਦਗੀ ਬਣਾਉਣ ਦੇ ਵਿੱਚ ਸਭ ਤੋਂ ਵੱਡਾ ਹੱਥ ਮੇਰੀ ਮਾਂ ਦਾ, ਕਿਉਂਕਿ ਕਲਾਕਾਰ ਨੂੰ ਜਾਂ ਪਲੇਅਰ ਨੂੰ ਜਦੋਂ ਤੱਕ ਮਾਂ ਦੀ ਸਪੋਰਟ ਨਾ ਹੋਵੇ, ਇਹ ਲਿਖਾ ਲਿਓ ਮੇਰੇ ਕੋਲੋਂ ਪਿਓ ਜਿੰਨੇ ਮਰਜ਼ੀ ਐਫਰਟ ਲਾ ਲਏ, ਜਦ ਤੱਕ ਮਾਂ ਉਹਦੇ ਨਾਲ ਨਹੀਂ ਉਹ ਨਹੀਂ ਬਣ ਸਕਦਾ। ਸੋ ਅੱਜ ਸਾਡੀ ਪਾਰਟੀ ਨੂੰ ਭੈਣਾਂ ਵੀ ਮਿਲੀਆਂ ਨੇ, ਧੀਆਂ ਵੀ ਮਿਲੀਆਂ, ਮਾਵਾਂ ਵੀ ਮਿਲੀਆਂ। ਕਹਿੰਦੇ ਮਾਂ ਵਰਗਾ ਘਣ ਛਾਵਾਂ ਬੂਟਾ ਮੈਨੂੰ ਕਿਧਰੇ ਨਜ਼ਰ ਨਾ ਆਏ, ਮਾਂ ਵਰਗਾ ਘਣ ਛਾਵਾਂ ਬੂਟਾ ਮੈਨੂੰ ਕਿਧਰੇ ਨਜ਼ਰ ਨਾ ਆਏ, ਜਿਸ ਤੋਂ ਲੈ ਕੇ ਛਾਂ ਉਧਾਰੀ ਰੱਬ ਨੇ ਸਵਰਗ ਬਣਾਏ। ਮਾਂ ਵਰਗਾ ਘਣ ਛਾਵਾਂ ਬੂਟਾ ਮੈਨੂੰ ਕਿਧਰੇ ਨਜ਼ਰ ਨਾ ਆਏ, ਜਿਸ ਤੋਂ ਲੈ ਕੇ ਛਾਂ ਉਧਾਰੀ ਰੱਬ ਨੇ ਸਵਰਗ ਬਣਾਏ। ਕੁੱਲ ਦੁਨੀਆਂ ਦੇ ਜਿੰਨੇ ਬੂਟੇ ਜੜ ਸੁੱਕਿਆਂ ਸੁੱਕ ਜਾਂਦੇ, ਪਰ ਇਹ ਦੁਨੀਆਂ ਦਾ ਪਹਿਲਾ ਬੂਟਾ ਜੋ ਫੁੱਲ ਸੁੱਕਿਆਂ ਮੁਰਝਾਏ। ਇਹਦੇ ਫੁੱਲ ਨੂੰ ਸੇਕ ਲੱਗੇ ਤੇ ਬੂਟਾ ਖਤਮ ਹੋ ਜਾਂਦਾ। ਸੋ ਉਹ ਮਾਵਾਂ ਜਿਹਨਾਂ ਨੂੰ ਆਪਣੇ ਬੱਚਿਆਂ ਦੇ ਦਰਦ ਪਤਾ ਹੁੰਦੇ ਨੇ, ਉਹੀ ਕਿਸੇ ਬਗਾਨੇ ਪੁੱਤ ਦਾ ਵੀ ਦਰਦ ਸਮਝ ਸਕਦੀਆਂ ਨੇ। ਪਾਤਰ ਸਾਹਿਬ ਕਹਿੰਦੇ ਆ, ਤੇਰੇ ਕਾਲਜੇ 'ਚ ਵੱਜੀ ਜਹਾਲੇ ਛੁਰੀ ਨਹੀਂ, ਤੇਰੇ ਕਾਲਜੇ 'ਚ ਵੱਜੀ ਜਹਾਲੇ ਛੁਰੀ ਨਹੀਂ, ਤਾਂ ਇਹ ਨਾ ਸਮਝ ਕਿ ਸ਼ਹਿਰ ਦੀ ਹਾਲਤ ਬੁਰੀ ਹੈ। ਸ਼ਹਿਰ ਦੀ ਹਾਲਤ ਖਰਾਬ ਹੈ, ਛੁਰੀਆਂ ਤਿੱਖੀਆਂ ਨੇ, ਸੀਨਿਆਂ 'ਚ ਵੱਜ ਰਹੀਆਂ ਨੇ, ਪਤਾ ਨਹੀਂ ਕਿਹੜੀ ਛੁਰੀ 'ਤੇ ਤੁਹਾਡਾ ਨਾਂ ਲਿਖਿਆ, ਕਿਹੜੀ ਛੁਰੀ ਤੁਹਾਡੇ ਸੀਨੇ 'ਚ ਵੱਜਣੀ ਹੈ। ਸੋ ਅੱਜ ਮੈਂ ਮਾਵਾਂ ਨੂੰ ਬੇਨਤੀ ਕਰਦਾ, ਭੈਣਾਂ ਨੂੰ ਬੇਨਤੀ ਕਰਦਾ ਕਿ ਆਓ ਨਿਕਲ ਕੇ ਬਾਹਰ ਸਮਾਜ ਵਾਸਤੇ ਕੰਮ ਕਰੀਏ। ਜੇ ਅੱਜ ਸਾਡੇ ਘਰ ਨੂੰ ਸੇਕ ਅਜੇ ਨਹੀਂ ਲੱਗਾ, ਉਸ ਮਾਲਕ ਦਾ ਸ਼ੁਕਰ ਹੈ। ਜੇ ਸਾਡੇ ਬੱਚੇ ਅੱਜ ਨਸ਼ਿਆਂ ਤੋਂ ਬਚੇ ਨੇ ਤੇ ਸ਼ੁਕਰ ਹੈ। ਜੇ ਸਾਡੇ ਬੱਚੇ ਅਜੇ ਤੱਕ ਗੁੰਡਾਗਰਦੀ ਤੋਂ ਬਚੇ ਹੋਏ ਨੇ, ਸ਼ੁਕਰ ਹੈ। ਪਰ ਇੰਨਾ ਯਾਦ ਰੱਖਿਓ ਕਿ ਤੁਹਾਡੇ ਆਲੇ ਦੁਆਲੇ ਘਰਾਂ ਦੇ ਵਿੱਚ ਬੱਚੇ ਨਸ਼ਿਆਂ ਤੇ ਲੱਗ ਗਏ ਨੇ, ਤੁਹਾਡੇ ਆਲੇ ਦੁਆਲੇ ਬੱਚੇ ਗੁੰਡਾਗਰਦੀ 'ਚ ਪੈ ਗਏ ਨੇ, ਤੁਹਾਡੇ ਆਲੇ ਦੁਆਲੇ ਦੇ ਨੌਜਵਾਨ ਚੇਨ ਸਨੈਚਿੰਗ ਪਰਸ ਸਨੈਚਿੰਗ 'ਚ ਪੈ ਗਏ ਨੇ, ਤੁਹਾਡੇ ਆਲੇ ਦੁਆਲੇ ਦੇ ਨੌਜਵਾਨ ਬੱਚੇ ਘਰਾਂ ਦੇ ਬੱਚੇ ਔਰਤਾਂ ਦੀ ਬੇਪਤੀ ਕਰਨ ਦੇ ਲੱਗ ਗਏ ਨੇ। ਇਹ ਨਾ ਸੋਚੋ ਕਿ ਅੱਗ ਵੱਧਦੀ ਵੱਧਦੀ ਤੁਹਾਡੇ ਘਰ ਤੱਕ ਨਹੀਂ ਆਉਣੀ, ਨਾਲਦਿਆਂ ਦੇ ਪੁੱਤ ਬਚਾ ਲਓ, ਤੁਹਾਡੇ ਆਪਣੇ ਬਚ ਜਾਣਗੇ। ਇਸ ਕਰਕੇ ਤੁਹਾਨੂੰ ਅੱਜ ਬਾਹਰ ਕੱਢਿਆ ਗਿਆ, ਘਰਾਂ 'ਚੋਂ, ਚੁੱਲ੍ਹਿਆਂ 'ਚੋਂ, ਚੌਂਕਿਆਂ 'ਚੋਂ, ਰਸੋਈਆਂ 'ਚੋਂ। ਸਾਡੇ ਸਮਾਜ ਦੇ ਵਿੱਚ ਜ਼ਿਆਦੀ ਰਹੀ ਹੈ। ਕਦੇ ਵੀ ਕਿਸੇ ਔਰਤ ਨੂੰ ਪੁੱਛੋ ਕਿ ਭੈਣ ਜੀ ਵੋਟ ਕਿਹਨੂੰ ਪਾਉਣੀ ਹੈ, ਉਹਦਾ ਜਵਾਬ ਹੁੰਦਾ ਜੀ ਜਿਹਨੂੰ ਇਹ ਕਹਿ ਦੇਣਗੇ ਜੀ ਉਹਨੂੰ ਪਾ ਦੇਣੀ। ਹੁਣ ਇਹ ਤਾਂ ਸਾਰਾ ਦਿਨ ਠੇਕੇ ਤੋਂ ਨਹੀਂ ਵਿਹਲੇ ਹੁੰਦੇ, ਇਹਨਾਂ ਤਾਂ ਦੋ ਬੋਤਲਾਂ ਚਾਹੀਦੀਆਂ, ਇਹ ਤਾਂ ਰੋਜ਼ ਥਾਣੇ ਵੀ ਬੈਠੇ ਹੁੰਦੇ ਨੇ। ਤੇ ਫਿਰ ਇਹ ਜੋ ਕਹਿਣਗੇ ਉਹ ਪੰਜਾਬ ਦੀ ਸਰਕਾਰ ਬਣਾ ਦੇਣਗੇ, ਉਹ ਹਿੰਦੁਸਤਾਨ ਦੀ ਸਰਕਾਰ ਬਣਾ ਦੇਣਗੇ। ਇਹ ਜੋ ਕਹਿ ਦੇਣਗੇ ਇਹਨਾਂ ਦੇ ਕਹਿੰਦੇ ਆਪਣੇ ਬੱਚਿਆਂ ਦਾ ਭਵਿੱਖ ਉਹਨਾਂ ਦੇ ਹੱਥਾਂ 'ਚ ਬਣਾ ਦੇਣਗੇ। ਸੋ ਇਹਨਾਂ ਤੋਂ ਵੀ ਬਾਹਰ ਨਿਕਲੋ, ਇਹ
ਤੋਂ ਬਾਹਰ ਨਿਕਲੋ, ਹੁਣ ਇਹਨੂੰ ਅਸੀਂ ਸਮਝਾਉਣਾ, ਇਹ ਪ੍ਰਣ ਕਰੋ। ਆਪਣੇ ਬੱਚਿਆਂ ਨੂੰ ਅਸੀਂ ਸਮਝਾਉਣਾ, ਆਪਣੇ ਪਤੀ ਨੂੰ ਅਸੀਂ ਸਮਝਾਉਣਾ, ਆਪਣੇ ਪਿਓ ਨੂੰ ਵੀ ਸਮਝਾਉਣਾ, ਭਾਵੇਂ ਤੋਂ ਵੀ ਸਮਝਾਉਣਾ ਕਿ ਨਹੀਂ ਬਾਪੂ ਜੀ ਛੱਡੋ ਪੁਰਾਣੇ ਰਸਮ ਰਿਵਾਜ, ਛੱਡੋ ਕਿ ਨਹੀਂ ਸਾਡਾ ਪਰਿਵਾਰ ਇੱਧਰ ਹੈ, ਅਸੀਂ ਤਾਂ ਪੁਰਾਣੇ ਇੱਧਰ ਹਾਂ, ਅੱਜ ਸਮੇਂ ਦੀ ਲੋੜ ਹੈ, ਆਪਣੇ ਬੱਚੇ ਬਚਾਉਣੇ ਆ ਤਾਂ ਲੋਕਾਂ ਦੇ ਬਚਾ ਲਓ, ਤੁਹਾਡੇ ਤਾਂ ਬਚਣੇ। ਜੇ ਇਹ ਨਾ ਸੋਚਿਓ ਕਿ ਲੋਕਾਂ ਦੇ ਉੱਜੜ ਗਏ ਤੇ ਸਾਡੇ ਬਚ ਜਾਣਗੇ, ਜਦੋਂ ਹਨੇਰੀ ਚੱਲਦੀ ਹੈ ਘਰਾਂ ਦੇ ਘਰ ਉੱਜੜਦੇ ਨੇ, ਘਰਾਂ ਦੀਆਂ ਛੱਤਾਂ ਉੱਡਦੀਆਂ ਨੇ, ਜੇ ਦੂਜਿਆਂ ਦੀ ਛੱਤ ਤੇ ਭਾਰ ਪਾ ਕੇ ਰੱਖਾਂਗੇ ਉਹ ਨਹੀਂ ਉੱਡਣਗੀਆਂ, ਤੇ ਕੋਈ ਤੁਹਾਡੀ ਛੱਤ ਤੇ ਵੀ ਭਾਰ ਪਾ ਕੇ ਰੱਖੇਗਾ ਕਿ ਤੁਹਾਡੀ ਵੀ ਨਾ ਉੱਜੜੇ, ਤੁਹਾਡੀ ਛੱਤ ਵੀ ਨਾ ਉੱਜੜੇ। ਅੱਜ ਗੱਲਾਂ ਬਹੁਤ ਨੇ, ਪੋਲੀਟੀਕਲ ਗੱਲਾਂ, ਜਿੰਨੀਆਂ ਮਰਜ਼ੀ ਇਲਜ਼ਾਮ ਲਾਉਣੇ ਹੋਣ, ਗਾਲਾਂ ਕੱਢਣੀਆਂ ਹੋਣ, ਮੈਂ ਦੋਵੇਂ ਪਾਰਟੀਆਂ ਨੂੰ ਕਰ ਸਕਦਾ, ਤਿੰਨੇ ਪਾਰਟੀਆਂ ਨੂੰ, ਅਕਾਲੀਆਂ ਨੇ ਆਹ ਕੀਤਾ, ਭਾਜਪਾ ਨੇ ਉਹ ਕੀਤਾ, ਕਾਂਗਰਸ ਨੇ ਆਹ ਕੀਤਾ, ਮੈਂ ਉਹ ਗੱਲਾਂ ਹੀ ਨਹੀਂ ਕਰਦਾ ਤੁਹਾਡੇ ਨਾਲ, ਰੋਜ਼ ਕਰੀ ਦੀਆਂ। ਆਹ ਮੈਨੂੰ ਮੌਕੇ ਨਹੀਂ ਕਦੇ ਮਿਲਿਆ ਕਿ ਮੈਂ ਆਪਣੀਆਂ ਬੀਬੀਆਂ ਭੈਣਾਂ ਨਾਲ ਇਸ ਤਰ੍ਹਾਂ ਗੱਲ ਕਰ ਸਕਾਂ। ਮੈਂ ਜ਼ਿਆਦਾ ਇੱਧਰ ਵੀ ਤਾਂ ਹੀ ਖੜਾ ਕਿ ਇਹਨਾਂ ਨਾਲ ਰੋਜ਼ ਗੱਲਾਂ ਕਰੀ ਦੀਆਂ, ਇਹ ਰੋਜ਼ ਹੀ ਸਾਡੇ ਨਾਲ ਨੇ, ਤੁਹਾਡੇ ਨਾਲ ਦਿਲ ਦੀਆਂ ਗੱਲਾਂ ਕਰਨ ਦੀ ਲੋੜ ਹੈ। ਹਾਲਾਤ ਕੀ ਨੇ, ਥੋੜ੍ਹਾ ਜਿਹਾ ਪਿੱਛੇ ਲੈ ਕੇ ਜਾਣਾ, ਅੱਜ ਦੀ ਡੇਟ ਤੱਕ ਆਵਾਂਗਾ। ਅੰਮ੍ਰਿਤਸਰ ਦੇ ਵਿੱਚ ਇੱਕ ਨੌਜਵਾਨ ਬੱਚੀ ਨੂੰ ਗੁੰਡੇ ਛੇੜ ਰਹੇ ਹੈ ਚਿੱਟੇ ਦੇ, ਉਹਦਾ ਬਾਪ ਜਿਹੜਾ ਖੁਦ ਥਾਣੇਦਾਰ ਆ ਪੁਲਿਸ ਦੇ ਵਿੱਚ, ਬਾਵਰਦੀ ਥਾਣੇਦਾਰ, ਆਪਣੀ ਧੀ ਦੀ ਇੱਜ਼ਤ ਬਚਾਉਣ ਲਈ ਅੱਗੇ ਆਇਆ, ਉਸ ਥਾਣੇਦਾਰ ਬਾਪ ਨੂੰ ਉਹਦੀ ਧੀ ਦੇ ਸਾਹਮਣੇ ਇਸ ਗੁਨਾਹ ਕਰਕੇ ਚਿੱਟੇ ਦਿਨ ਗੋਲੀਆਂ ਮਾਰੀਆਂ ਕਿ ਤੂੰ ਆਪਣੀ ਬੇਟੀ ਦੀ ਇੱਜ਼ਤ ਬਚਾਉਣ ਲਈ ਅੱਗੇ ਕਿਉਂ ਆਇਆ। ਉਹ ਥਾਣੇਦਾਰ ਨੂੰ ਜ਼ਮੀਨ 'ਤੇ ਸੁੱਟ ਕੇ ਉਹਦੀ ਛਾਤੀ 'ਤੇ ਪੈਰ ਰੱਖ ਕੇ ਫਿਰ ਦੋ ਫਾਇਰ ਮਾਰੇ ਗਏ ਕਿ ਤੂੰ ਆਪਣੀ ਬੇਟੀ ਦੀ ਇੱਜ਼ਤ ਬਚਾਉਣ ਦੀ ਜ਼ਰੂਰਤ ਕਿਵੇਂ ਕੀਤੀ। ਇਹ ਅੱਜ ਸੁਰੱਖਿਆ ਮਹਿਲਾਵਾਂ ਦੀ, ਸਾਡੀਆਂ ਨੌਜਵਾਨ ਬੱਚੀਆਂ ਦੀ, ਇਹ ਗੱਲ ਇੱਥੇ ਨਹੀਂ ਮੁੱਕ ਜਾਂਦੀ। ਹਰ ਰੋਜ਼ ਤੁਹਾਡੀਆਂ ਬੱਚੀਆਂ ਘਰੋਂ ਬਾਹਰ ਨਿਕਲਦੀਆਂ ਨੇ, ਗੁੰਡਾਗਰਦੀ ਦਾ ਇਹ ਆਲਮ ਹੈ, ਇੰਨੀਆਂ ਸਹਿਮੀਆਂ ਪਈਆਂ ਕਿ ਪਤਾ ਨਹੀਂ ਕਦੋਂ ਗੁੰਡੇ ਕਿੱਧਰੋਂ ਆਉਂਦੇ ਨੇ, ਸਕੂਲ ਜਾਂਦੀ ਦੇ ਕਾਲਜ ਜਾਂਦੀ ਦੇ ਮੂੰਹ ਤੇ ਤੇਜ਼ਾਬ ਪਾ ਕੇ ਦੌੜ ਜਾਂਦੇ। ਇਹ ਹਾਲਾਤ ਸਾਨੂੰ ਮਿਲ ਗਏ ਅੱਜ ਪੰਜਾਬ ਦੇ ਵਿੱਚ, ਇਹ ਵੀ ਗੁੰਡਾਗਰਦੀ ਕਦੀ ਦੇਖੀ ਸੀ ਇੰਨੀ, ਇਹ ਵੀ ਪੰਜਾਬ ਹੈ, ਇਹੀ ਮਾਈ ਭਾਗੋ ਦਾ ਪੰਜਾਬ ਹੈ, ਇਹੀ ਮਾਤਾ ਸਾਹਿਬ ਕੌਰ ਦਾ ਪੰਜਾਬ ਹੈ, ਇਹ ਪੰਜਾਬ ਦਾ ਕਦੇ ਨਹੀਂ ਸੀ ਸੋਚਿਆ ਮਹਾਰਾਜ ਨੇ, ਸਾਡੇ ਗੁਰੂਆਂ ਨੇ ਸਾਡੇ ਪੀਰਾਂ ਨੇ ਸਾਨੂੰ ਇਹ ਪੰਜਾਬ ਦਾ ਕਦੇ ਨਹੀਂ ਸੀ ਬਖਸ਼ਿਆ। ਉੱਥੋਂ ਗੱਲ ਚੱਲਦੀ ਹੈ, ਤੇਜ਼ਾਬ ਤੇ ਗੱਲ ਆਉਂਦੀ ਹੈ, ਔਰ ਗੱਲ ਅੱਜ ਇਸ ਮੌਕੇ ਤੇ ਆ ਗਈ ਹੈ ਕਿ ਜਗਰਾਉਂ ਦੇ ਮੌਕੇ ਦੀ ਫੈਮਿਲੀ ਸ਼ਾਇਦ ਚਾਰ ਮੈਂਬਰ ਇੱਕ ਘਰ ਦੇ ਇਕੱਠੇ ਸੁਸਾਈਡ ਕਰਦੇ ਨੇ, ਕਿਉਂ? ਗੁੰਡੇ ਧਮਕੀਆਂ ਦੇ ਰਹੇ ਨੇ, ਸਰਕਾਰੀ ਗੁੰਡੇ ਧਮਕੀਆਂ ਦੇ ਰਹੇ ਨੇ ਕਿ ਆਹ ਜੇ ਸਾਡੀ ਗੱਲ ਨਾ ਮੰਨੀ, ਇੰਨੇ ਪੈਸੇ ਇੰਨੇ ਵਜੇ ਤੱਕ ਸਾਡੇ ਕੋਲ ਨਾ ਪਹੁੰਚੇ ਤੇ ਤੇਰੀਆਂ ਦੋਵੇਂ ਕੁੜੀਆਂ ਚੁੱਕ ਕੇ ਲੈ ਜਾਣਗੇ। ਉਹ ਪਰਿਵਾਰ ਇੰਨਾ ਡਰਿਆ, ਆਪਣੀ ਵਾਈਫ ਤੇ ਆਪਣੇ ਦੋਵੇਂ ਬੱਚਿਆਂ ਨਾਲ ਪੈਦਲ ਚੱਲ ਕੇ ਨਹਿਰ ਤੱਕ ਗਿਆ, ਪਰਿਵਾਰ ਦੇ ਚਾਰੇ ਜੀਆਂ ਨੇ ਨਹਿਰ 'ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਮੈਟਰੋ 6 ਐਕਚੁਅਲੀ ਮੈਟਰੋ 6 ਗੁੰਡਾ ਰਾਜ ਹੋ ਬਰਬਾਦ, ਇਹ ਨਾਰਾ ਦਿਮਾਗ 'ਚ ਬਿਠਾ ਲਓ, ਦਿਲ 'ਚ ਬਿਠਾ ਲਓ। ਇਹੀ ਘਟਨਾ ਜਲੰਧਰ ਹੁੰਦੀ ਹੈ, ਅਨਿਲ ਅਗਰਵਾਲ ਉਹਨਾਂ ਦਾ ਪਰਿਵਾਰ ਜਲੰਧਰ ਭੋਗਪੁਰ ਰੋਡ ਦੇ ਉੱਤੇ